ਗਵਰਨਮੈਂਟ ਬੈਠੇ ਨੇ ਉੱਥੇ ਕੁਝ ਨਹੀਂ ਕਰ ਸਕਦੇ ਪੰਜਾਬ ਵਾਸਤੇ ਲਈ ਔਰ ਇਹ ਕੇਜਰੀਵਾਲ ਉੱਥੇ ਦਿੱਲੀ ਚ 19 ਦਾ ਇਹਦੇ ਬੰਦੇ ਐਮਐਲਏ ਅੰਦਰ ਨੇ ਫੋਰ ਕਰਪਸ਼ਨ ਔਰ ਰੇਪ ਚਾਰਜਸ ਔਰ ਸਾਨੂੰ ਕੁਝ ਉਹਦੇ ਸਿਖਾ ਰਹੇ ਲੁੱਟ ਲਿਆ ਉੱਥੇ ਦੁਨੀਆ ਨੂੰ 26 ਸ਼ਾਇਦ ਹੋਰ ਉੱਥੋਂ ਸੈਟਿਸਫਾਈਡ ਹੋ ਜਾਣ ਫਿਰ ਇਲੈਕਸ਼ਨ ਪਤਾ ਲੱਗੂਗਾ ਉਹ ਕਿੱਥੇ ਖੜਾ ਉਰੇ ਆ ਕੇ ਸਾਰਾ ਉਹਦਾ ਇੰਟਰਸਟ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਸ ਬੀਂਗ ਹੈਂਡਲਡ ਬਾਈ ਬਾਹਰਲੇ ਬੰਦੇ ਅੱਜ ਤੁਹਾਡੇ ਪੰਜਾਬ ਨੂੰ 3 ਹਿੱਸਿਆਂ ਵੰਡਤਾ ਇੱਕ ਉਹ ਕੀ ਨਾਮ ਹੈ ਉਹਨਾਂ ਦੇ ਪਾਠਕ ਇੱਕ ਕੋਈ ਸੰਜੇ ਕੁਮਾਰ ਉਹ ਵਿਦਿਆ ਇਹ ਜੋ ਪੰਜ ਵੰਡਤੇ ਸਾਡੇ 22 ਜ਼ਿਲ੍ਹਿਆਂ ਦੇ ਵਿੱਚ ਜਿਹੜੇ 52 ਚਾਰਜ ਨੇ ਉਹ ਵੀ ਸਾਰੇ ਬਾਹਰੋਂ ਲਿਆ ਝਾਰਖੰਡ ਔਰ ਬਿਹਾਰ ਔਰ ਯੂਪੀ ਵਗੈਰੇ ਹੁਣ 40,000 ਬੰਦਾ ਲਿਆ ਰਹੇ ਨੇ ਪੋਲਿੰਗ ਵਾਸਤੇ ਬਾਹਰੋਂ ਇੱਥੇ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਜਾਣੀ ਹੈ ਇਹ ਮੈਂ ਆਮ ਆਦਮੀ ਦੀ ਗੱਲ ਕਰ ਰਿਹਾ ਇਹ ਸਾਰਾ ਕੇਜਰੀਵਾਲ ਕਰ ਰਿਹਾ 40-50,000 ਬੰਦੇ ਆਪਣੇ ਦੂਜੇ ਸੂਬਿਆਂ ਤੋਂ ਲਿਆ ਕੇ ਉਹਨੇ ਪਹੁੰਚਗੇ ਇੱਥੇ ਤਾਂ ਕਾਨੂੰਨੀ ਅਵਸਥਾ ਵਿਗੜ ਜਾਣੀ ਹੈ ਪੰਜਾਬੀ ਵਾਸਤੇ ਨਾਨ ਪੰਜਾਬੀ ਦੀ ਲੜਾਈ ਹੋ ਜਾਣੀ ਕੋਡ ਆਫ ਕੰਡਕਟ ਟੂਡੇ ਸੇਜ਼ ਦੈਟ 48 ਆਵਰਸ ਬਿਫੋਰ ਪੋਲਿੰਗ ਦੇ ਹੈਵ ਟੂ ਲੀਵ ਬਟ ਆਈ ਐਮ ਸੇਇੰਗ ਦੈਟ ਈਵਨ ਬਿਫੋਰ ਦੈਟ ਜਦੋਂ ਇੱਥੇ ਪਿੰਡਾਂ ਦੇ ਵਿੱਚ ਸਾਡੇ ਪੰਜਾਬੀ ਆਉਣਗੇ ਔਰ ਇਹ ਆਉਣਗੇ ਦੇ ਮੇ ਬੀ ਅ ਲਾਅ ਐਂਡ ਆਰਡਰ ਐਪਰੀਹੈਂਸ਼ਨ ਤੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਦੈਟ ਦਿਸ ਦੇ ਮਸਟ ਸੀ ਦੈਟ ਦਿਸ ਇਜ਼ ਅ ਸੀਰੀਅਸ ਕੰਸੀਕੁਐਂਸਿਸ ਨਾਓ ਪੰਜਾਬ ਦੇ ਵਿੱਚ